खेड़ा वतन पंजाब दिया हैंडबाल दे लड़कियां दे राज पदरी मुकाबले शुरू। पंजाब सरकार ब्लाक पद्धर तो शुरू कीतियां खेड़ा वतन पंजाब दियां दे दूजे एडिशन ते जिला पदरी मुकाबलियां तो बाद हैंडबाल खेड़ दे लड़कियां दे राज पदरी मैच अज स्थानक गुरु नानक स्टेडियम विखे शुरू होए। इन्हां मैचां दी शुरुआत मौके नगर सुधार ट्रस्ट दे चेयरमैन गुरपाल सिंह इंडियन ने कहा कि खेड़ा वतन पंजाब दियां उपराले राही पंजाब सरकार ने सूबे दे हर खेतर विच नौजवानां नूं उन्हां दियां पसंदीदा खेड़ां नाल जोड़िया है। उन्हां कहा कि इन्हां खेड़ां विच शानदार प्रदर्शन करन वाले खिडारी अते टीमां भविख विच कौमी अते कौमांतरी पद्धर दे खेड मुकाबलियां विच वी सूबे अते देश दा नाम चमकाउणगे। उन्हां कहा कि मुख्यमंत्री भगवंत सिंह मान अते खेड मंत्री गुरमीत सिंह मीतहेयर वल्लों सूबे विच खेड सभ्याचार नूं सुरजीत अते होर मजबूत करन दे यतनां नूं बूर पै चुका है अते भविख विच इह उपराला नौजवानां नूं खेडां प्रति होर उत्साहित करेगा। ਵਿਖੇ ਜੋ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਸਟੇਟ ਲੈਵਲ ਦੀਆਂ ਗੇਮਾਂ ਹੈਂਡਬੋਲ ਦੀਆਂ ਗੇਮਾਂ ਦਾ ਅੱਜ ਜਿਹੜਾ ਹੈਗਾ ਆ ਇੱਥੇ ਗੇਮਸ ਹੋ ਰਹੀਆਂ ਹੈਗੀਆਂ ਅਤੇ ਮੈਂ ਸਮਝਦਾ ਕਿ ਦੂਸਰਾ ਪੜਾਅ ਹੈਗਾ ਪੰਜਾਬ ਸਰਕਾਰ ਜੋ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਹੇਠ ਜਿਹੜਾ ਇੱਕ ਨਵਾਂ ਉਪਰਾਲਾ ਕੀਤਾ ਗਿਆ ਸਰਕਾਰ ਦੇ ਵਿੱਚ ਕਿ ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਪੰਜਾਬ ਦੀ ਹੈਗੀ ਹੈ ਉਹਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਲਈ ਅਤੇ ਨਸ਼ਿਆਂ ਤੋਂ ਦੂਰ ਹੋਣ ਦੇ ਲਈ ਜਿਹੜਾ ਹੈਗਾ ਪ੍ਰੇਰਿਤ ਕੀਤਾ ਜਾਂਦਾ। ਤੋ ਅੱਜ ਕਪੂਰਥਲਾ ਵਿਖੇ ਜਿਹੜੀਆਂ ਖੇਡਾਂ ਹੋ ਰਹੀਆਂ ਹੈਗੀਆਂ ਸਾਡੇ ਡਿਸਟ੍ਰਿਕਟ ਪ੍ਰਧਾਨ ਜਿਹੜੇ ਹੈਗੇ ਨੇ DSO ਸਰਦਾਰ ਲਵਦੀਪ ਸਿੰਘ ਜੀ ਇੱਥੇ ਇਹਨਾਂ ਦੀ ਰਹਿਨਮਾਈ ਹੇਠ ਸਾਰਾ ਕੰਮ ਹੋ ਰਿਹਾ। ਤੋ ਬਹੁਤ ਅੱਛੀ ਗੱਲ ਹੈਗੀ ਹੈ ਹੈਂਡਬੋਲ ਅਤੇ ਸਟੇਟ ਲੈਵਲ ਦੀ ਜਿਹੜੀ ਕਪੂਰਥਲੇ ਇੱਥੇ ਜਿਹੜੀਆਂ ਗੇਮਸ ਹੋ ਰਹੀਆਂ ਨੇ ਇੱਥੇ ਅਸੀਂ ਲੜਕੀਆਂ ਦੀਆਂ ਟੀਮਾਂ ਨੂੰ ਵੀ ਮਿਲੇ ਹਾਂ ਔਰ ਲੜਕੀਆਂ ਦੀਆਂ ਟੀਮਾਂ ਨੂੰ ਵੀ ਜਿਹੜਾ ਹੈਗਾ ਅਸੀਂ ਮੈਡਲ ਦੇ ਕੇ ਉਹਨਾਂ ਦਾ ਜੋ ਗੋਲਡ ਮੈਡਲ ਔਰ ਸਿਲਵਰ ਮੈਡਲ ਦੇ ਕੇ ਉਹਨਾਂ ਨੂੰ ਜਿਹੜਾ ਨਵਾਜਿਆ ਹੈਗਾ ਆ ਅਤੇ ਮੈਂ ਸਮਝਦਾ ਕਿ ਬਹੁਤ ਹੀ ਚੰਗਾ ਉਪਰਾਲਾ ਹੈਗਾ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਅਤੇ ਸਾਡੇ ਜਿਹੜੇ ਖੇਡ ਮੰਤਰੀ ਗੁਰਮੀਤ ਸਿੰਘ ਮੀਤਹੇਰ ਜੋ ਸਾਡੇ ਵੀਰ ਨੇ ਵੱਡੇ ਉਹਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਹੈਗਾ ਆ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੁਬਾਰਾ ਰੰਗਲਾ ਵੀ ਦਿਖੇਗਾ ਸੁਨਹਿਰਾ ਵੀ ਦਿਖੇਗਾ ਅਤੇ ਕਪੂਰਥਲੇ ਦੀਆਂ ਜਿਹੜੀਆਂ ਗੇਮਸ ਕਪੂਰਥਲੇ ਵਿੱਚ ਐਡਾ ਅੱਛੀਆਂ ਸਟੇਟ ਲੈਵਲ ਦੀਆਂ ਗੇਮਸ ਨੂੰ ਨਿਵਾਜ ਕੇ ਕਪੂਰਥਲਾ ਵੀ ਜਿਹੜਾ ਹੈਗਾ ਆ ਪੈਰਸ ਆਫ ਪੰਜਾਬ ਦੁਬਾਰਾ ਤੋਂ ਕਹਿਲਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਪੂਰਥਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦਾ ਦੂਜਾ ਐਡੀਸ਼ਨ ਜੋ ਸਟਾਰਟ ਹੋਇਆ ਆ ਆਪਾਂ ਨੇ ਹੈਂਡਬੋਲ ਗੇਮ ਦੀਆਂ ਸਟੇਟ ਲੈਵਲ ਦੀਆਂ ਗੇਮਸ ਹੋ ਰਹੀਆਂ ਆ ਇਹਦੇ ਵਿੱਚ ਅੰਡਰ 14 ਅੰਡਰ 17 ਅੰਡਰ 21 21 ਟੂ 30 ਔਰ 31 ਟੂ 40 ਔਰ ਇਹਦੇ ਵਿੱਚ ਲੜਕੀਆਂ ਦੇ ਜੋ ਮੁਕਾਬਲੇ ਉਹ 3 ਦਿਨ ਚੱਲੇ ਨੇ ਉਹ ਖਤਮ ਹੋ ਚੁੱਕੇ ਨੇ ਅਤੇ ਲੜਕੀਆਂ ਦੇ ਮੁਕਾਬਲੇ ਜੋ ਸ਼ੁਰੂ ਹੋ ਗਏ ਅੱਜ ਇਹ ਹੁਣ 3 ਦਿਨ ਚੱਲਣਗੇ। ਇਹਨਾਂ ਵਿੱਚ ਜਿਹੜੀ ਵੀ ਟੀਮ ਫਸਟ ਆ ਰਹੀ ਆ ਉਹਨਾਂ ਨੂੰ 10,000 ਰੁਪਏ ਇਨਾਮ ਆ ਸੈਕਿੰਡ ਨੂੰ 7 ਔਰ ਥਰਡ ਨੂੰ 5 ਆ ਔਰ ਸਰਕਾਰ ਵੱਲੋਂ ਸਾਰੇ ਬੱਚਿਆਂ ਦਾ ਜਿਹੜਾ ਰਹਿਣ ਦਾ ਖਾਣ ਪੀਣ ਦਾ ਪ੍ਰਬੰਧ ਆ ਉਹ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ ਆ ਔਰ ਸਾਡੇ ਸਪੋਰਟਸ ਮਿਨਿਸਟਰ ਮੀਤਹੇਰ ਜੀ ਵੱਲੋਂ ਨਿਰਦੇਸ਼ ਆ ਕਿ ਪੂਰੇ ਪੰਜਾਬ ਦੇ ਵਿੱਚ ਹੀ ਇਹ ਗੇਮਸ ਜਿਹੜੀਆਂ ਉਹ ਚੱਲ ਰਹੀਆਂ ਨੇ ਜੇ ਸਟੇਟ ਲੈਵਲ ਦੀਆਂ ਇਹ ਪਹਿਲਾਂ ਬਲਾਕ ਪੱਧਰ ਤੋਂ ਸ਼ੁਰੂ ਹੋਈਆਂ ਸੀ ਫਿਰ ਜ਼ਿਲ੍ਹਾ ਪੱਧਰ ਤੋਂ ਹੋਈਆਂ ਤਾਂ ਹੁਣ ਇਹ ਜਿਹੜੀਆਂ ਇਹ ਸਟੇਟ ਪੱਧਰ ਤੱਕ ਜਾ ਕੇ ਰਾਜ ਪੱਧਰ 'ਤੇ ਜਾ ਕੇ ਖਤਮ ਹੋ ਜਾਣਗੀਆਂ ਔਰ ਇਹਦੇ ਵਿੱਚ ਹੀ ਜਿਹੜੇ ਸਾਡੇ ਪਲੇਅਰ ਅੱਗੇ ਜਾ ਕੇ ਨੈਸ਼ਨਲ ਇੰਟਰਨੈਸ਼ਨਲ ਓਲੰਪਿਕ ਲੈਵਲ ਏਸ਼ੀਅਨ ਗੇਮਾਂ ਤੱਕ ਪਹੁੰਚਣਗੇ ਔਰ ਜਿਹੜੇ ਇਹਦੇ ਵਿੱਚ ਛੋਟੇ ਬੱਚਿਆਂ ਤੋਂ ਸ਼ੁਰੂ ਹੋਇਆ ਆ 14 ਤੋਂ ਔਰ ਏਜ ਗਰੁੱਪ ਵੱਡਿਆਂ ਤੱਕ ਗਿਆ ਆ ਇਹ ਸਾਰੇ ਪੰਜਾਬ ਨੂੰ ਹੀ ਸਪੋਰਟਸ ਦੇ ਨਾਲ ਦੁਬਾਰਾ ਜਿਹੜਾ ਉਹ ਜੋੜਿਆ ਗਿਆ ਆ। ਬੜੀ ਖੁਸ਼ੀ ਹੋਈ ਆ ਆਪਣੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿੱਚ ਪਹੁੰਚ ਕੇ ਕਿਉਂਕਿ ਇੱਥੇ ਅਸੀਂ ਖੁਦ ਵੀ ਪ੍ਰੈਕਟਿਸ ਕਰਦੇ ਹੁੰਦੇ ਸਰਦਾਰ ਸਰਵਣ ਸਿੰਘ ਬਲ ਸਾਹਿਬ ਸਾਨੂੰ ਕਬੱਡੀ ਦੀ ਪ੍ਰੈਕਟਿਸ ਕਰਦੇ ਸੀ ਜਦੋਂ ਕਾਲਜ ਖੇਡਦੇ। ਅੱਜ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਕਪੂਰਥਲਾ ਯੂਨਿਟ ਜਿਹੜਾ ਕਿ ਕਾਫੀ ਲੰਬੇ ਸਮੇਂ ਤੋਂ ਇਹ ਬਦਲਾਅ ਦੇ ਵਾਸਤੇ ਘਰਾਂ ਘਰਾਂ ਦੇ ਵਿੱਚ ਗਲੀ ਗਲੀ ਤੁਰਿਆ ਕਰਦਾ ਸੀ ਅੱਜ ਭਗਵੰਤ ਮਾਨ ਸਾਹਿਬ ਨੇ ਬਹੁਤ ਬਹੁਤ ਅੱਛੀ ਸ਼ੁਰੂਆਤ ਕੀਤੀ ਹੈ ਕਿਉਂਕਿ ਸਾਡੇ ਦੇਸ਼ ਦਾ ਜਿਹੜਾ ਨੈਸ਼ਨਲ ਕਰੈਕਟਰ ਹੈ ਨਾ ਉਹ ਹਮੇਸ਼ਾ ਡਿਵੈਲਪ ਸਪੋਰਟਸ ਤੋਂ ਹੁੰਦਾ ਅਤੇ ਸਪੋਰਟਸ ਵੀ ਸਾਡੀ ਨਰਸਰੀ ਤੋਂ ਸ਼ੁਰੂ ਹੋਣੀ ਚਾਹੀਦੀ। ਮੈਂ ਕੱਲ੍ਹ ਬੜਾ ਖੁਸ਼ ਹੋਇਆ ਕਿ ਜਦੋਂ ਮਾਨ ਸਾਹਿਬ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਸਪੋਰਟਸ ਨਰਸਰੀਆਂ ਸ਼ੁਰੂ ਕਰਨ ਜਾ ਰਹੇ ਆ ਅਤੇ ਕੋਚਿਸ ਵੀ ਭਰਤੀ ਕੀਤੇ ਜਾ ਰਹੇ। ਸੋ ਮੈਂ ਅੱਜ ਬੜਾ ਖੁਸ਼ ਹਾਂ ਬੜਾ ਅੱਛਾ ਪ੍ਰਬੰਧ ਹੈ ਸਾਡੇ ਡਿਸਟ੍ਰਿਕਟ ਆਫਿਸਰ ਸਾਹਿਬ ਅਤੇ ਬਾਕੀ ਕੋਚਿਸ ਨੇ ਦੱਸਿਆ ਕਿ ਜਿਵੇਂ ਇੱਕ ਬਰਨਾਲਾ ਅਤੇ ਉਹਦਾ ਸੋਰੀ ਬਠਿੰਡੇ ਦੇ ਲੜਕੀਆਂ ਦਾ 17 ਸਾਲ ਦਾ ਮੈਚ ਚੱਲ ਰਿਹਾ ਸੀ ਹੈਂਡਬਾਲ ਦਾ ਅਤੇ ਬੜਾ ਨਜ਼ਾਰਾ ਆਇਆ ਬੜਾ ਖੁਸ਼ੀ ਹੋਈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿਚਾਰ ਹੈ ਭਗਵੰਤ ਸਿੰਘ ਮਾਨ ਦੇ ਅੰਡਰ ਅਸੀਂ ਦੈਨ ਦੁੱਗਣੀ ਚਾਰ ਚੌਗਣੀ ਸਪੋਰਟਸ ਖੇਤਰ ਵਿੱਚ ਚੜ੍ਹਦੀ ਕਲਾ ਰਹਾਂਗੇ ਤਰੱਕੀ ਕਰਾਂਗੇ ਔਰ ਹਰ ਸਪੋਰਟਸਮੈਨ ਦੇ ਦਿਲ ਦੇ ਜੋ ਅਰਮਾਨ ਆ
वह पूरे करांगे परमात्मा सानू चढ़दी कला दे खास करके स्पोर्ट्समैन जिहदे नाल साडे मन दे विच जिहड़ा हर साल दा स्टूडेंट्स नू असीं कहिंदे आ कि इत्थों ही तुसीं नैशनल जिहड़े आ पद्धर दे एशिया पद्धर दे ओलंपिक पद्धर दे तुसीं बनना बच्चों नू इस गल नाल बहुत प्रेरित करन दे लई तुहानू मान साहब दा बहुत बहुत धन्यवाद।